ਬਾਬਾ ਬੋਲਦੇ ਨਾ ਬੇਬੇ ਉੱਠ ਖੜਦੀ ਸਰਾਣੇ ਰੱਖ ਚਾਹ ਵਾਲੀ ਬਾਟੀ ਥਾਪੀ ਮਾਰਦੀ ਧੰਨ ਜਿਗਰਾਰ ਕਾਨੇ ਉਸ ਸ਼ੇਰਨੀ ਦਾ ਲੜੀ ਆ ਗਰੀਬੀ ਨਾ ਕਦੇ ਨੀ ਦੇਖੀ ਹਾਰਦੀ ਉਹ ਗਾਲਾਂ ਬਾਪੂ ਦੀਆਂ ਨਾਲ ਮੰਜਾ ਛੱਡੀ ਦਾ ਇਹੋ ਪੱਕਾ ਸਾਡਾ ਨਿੱਤਦਾ ਰੁਟੀਨ ਹੈ ਵੱਡਾ ਭਾਈ ਕਦੇ ਵੇਲਾ ਹੀ ਨੀ ਦੇਖਿਆ ਨੀ ਸਮਝ ਨੀ ਆਉਂਦੀ ਪੱਟੂ ਬੰਦਾ ਜਾਂ ਮਸ਼ੀਨ ਹੈ ਉਹ ਵੱਡੀ ਭਾਬੀ ਵੀ ਆ ਚੰਗੀ ਤਰ੍ਹਾਂ ਜਾਣਦੀ ਕਿ ਛੋਟੀ ਮੋਟੀ ਗੱਲ ਕਿਵੇਂ ਦੱਬਣੀ ਦਿਓਰ ਦੀ ਉਹ ਪਰੀ ਨਿੱਕੀ ਜੀ ਭਤੀਜੀ ਦੇਵੇ ਬੋਲਣ ਨਾ ਤੋਤਲੀ ਜ਼ਬਾਨ ਖੋਰੇ ਕਿੱਥੋਂ ਗੱਲ ਓੜਦੀ ਹੈ ਜਿਹੜਾ ਚੰਨ ਤਰੀਕਾ ਨੇ ਹੋਰ ਚਾਹੀਦਾ ਏ ਕੀ ਤਾਂ ਹੀ ਛੱਡ ਕੇ ਪੰਜਾਬ ਕਿਤੇ ਲੱਗਦਾ ਨੀ ਜੀ ਉਹ ਕੁੜੀ ਹੋਣੀ ਨੀ ਪੰਜਾਬੀ ਹੋਵੇ ਜਾਣਦੀ ਤੇ ਗੱਭਰੂ ਨੂੰ ਹੋਵੇ ਨਾ ਆਵਾਜ਼ ਤੋਂ ਪਛਾਣਦੀ ਉਹ ਯਾਰ ਇੱਕ ਇੱਕ ਕਰ ਗਏ ਚੰਗੇ ਖੋਰੇ ਕਿੱਥੇ ਮੌਜਾਂ ਮਾਣਦੀ ਆ ਮਿੱਤਰਾਂ ਦੇ ਹਾਣ ਦੀ ਹੁੰਦੀ ਭੈਣੀ ਵਾਲਾ ਸੁਣ ਕੇ ਇੱਥੇ ਕਈਆਂ ਦੇ ਕਲੇਜੇ ਪੈਂਦੇ ਹਾਲ ਹੈ ਨੱਕ ਕੀਤੀ ਬਾਰਾਂ ਗਾਣਿਆਂ ਦੀ ਟੇਪ ਪਰ ਯਾਰਾਂ ਵੱਲੋਂ ਤਾਂ ਵੀ ਇੱਕ ਨੰਬਰ ਮਾਹੌਲ ਹੈ ਉਹ ਮੇਰੀ ਗੇਮ ਦਾ ਖਿਡਾਰੀ ਹਾਂ ਮੈਂ ਕੱਲਾ ਤਾਂ ਹੀ ਮਿੱਤਰਾਂ ਦਾ ਪਹਿਲੇ ਦੂਜੇ ਨੰਬਰ ਵਾਲਾ ਸੀਨ ਨੀ ਉਹ ਪੇੜ ਵੀਡੀਓ ਪਵਾ ਕੇ ਬਣਾ ਘੇਟੇ ਇੰਨਾ ਡਿੱਗ ਜਾਈਏ ਥੱਲੇ ਐਸੇ ਮਿੱਤਰਾਂ ਦੇ ਜੀਨੀ ਨੀ ਜਜ਼ਬਾਤਾਂ ਦੀ ਆ ਗੱਲ ਨਾ ਹੀ ਅੱਜ ਨਾ ਹੀ ਕੱਲ ਹੈ ਜਗ੍ਹਾ ਤੇਜੀ ਦੀ ਰੁਕਾਨੇ ਕੋਈ ਸਕਦਾ ਨੀ ਮਨ ਹਾਏ ਇੱਥੇ ਕੋਈ ਨੀ ਕਿਸੇ ਦਾ ਭਾਲਾ ਸੋਚੀਦਾ ਨੀ ਸਾਰੀ ਹੀ ਆ ਦੁਨੀਆ ਬਗਾਨੀ ਉਂਜ ਗੋਰੀ ਇੱਥੇ ਚੰਗਿਆਂ ਨਾਲ ਹਰ ਬੰਦਾ ਨਿਭਜੇ ਸਵਾਦ ਤਾਂ ਜੇ ਮਾੜਿਆਂ ਨੂੰ ਹੱਥ ਫੜ ਤੋਰੀਏ ਹਾਏ ਮੋਟੇ ਪੁੱਲੀ ਨਾ ਜਿਨ੍ਹਾਂ ਨੇ ਉੱਤੇ ਚਾੜਿਆ ਇਸ ਦੁਨੀਆ ਦੇ ਰੂਲ ਯਾਰਾ ਪੁੱਠਿਆ ਲੋੜ ਪੈਣੀਆਂ ਥੱਲੇ ਨੂੰ ਜਦੋਂ ਮੁੜਿਆ ਨਹੀਂ ਤਾਂ ਇਹ ਸਾਡੇਗਾ ਕਿ ਜਾਣਾ ਵੀ ਨੀ ਉੱਠਿਆ ਬੜੇ ਕੱਦੇ ਆ ਭੁਲੇਖੇ ਕੰਮ ਕੱਢੇ ਨੀ ਮੈਂ ਨਵੇਂ ਬੰਦੇ ਲੱਭ ਕੇ ਪੁਰਾਣੇ ਕਦੇ ਛੱਡੇ ਨੀ ਹਾਂ ਤੇਰੇ ਸਮਝਾਂ ਚ ਆਉਣਾ ਕਿੱਥੋਂ ਗੋਰੀਏ ਨੀ ਗੱਭਰੂ ਦੇ ਥੋਟ ਤੇ ਸਲੋਟ ਦੋਵੇਂ ਵੱਡੇ ਨੀ ਹਾਂ ਕਿੱਲ ਕੱਢ ਤੇਰ ਕਾਨੇ ਖੇਤੀ ਹੋਣੇ ਨੀ ਉਹ ਪੱਟ ਨੀ ਅੱਗੇ ਲੱਗੇ ਹਾਂ ਜੋ ਗਾਉਣ ਡੂੰਗੀ ਮਾਰਨੀ ਆ ਸੱਟ ਹੈ ਬਾਦੂ ਘੁੰਮਲੇ ਮੈਂ ਮੁਲਖ ਬਗਾਨੇ ਬੈਠਾ ਕਲ ਜੁਗ ਸਿਰ ਤੇ ਫਕਾਰੇ ਯਾਰੋ ਮਾਰਦਾ ਹਜੇ ਨਾ ਪਾਲ ਸਕੀ ਸੋਨੇ ਜਿਹੀ ਮਿੱਟੀ ਸ਼ੀਸ਼ੇ ਪੱਥਰਾਂ ਦਾ ਸ਼ਹਿਰ ਵੀ ਕਿਤੇ ਨੀ ਸਾਨੂੰ ਤਾਰਦਾ ਹੈ ਪਾਉਂਦਾ ਡਾਲਰਾਂ ਬਾਰੇ ਮੈਂ ਕਹਿੰਦੇ ਸੁਣਿਆ ਪਿੰਡ ਮੁੜਨਾ ਏ ਇੱਥੇ ਚਿੱਤ ਲੱਗੇ ਨਾ ਇਹ ਨਾ ਹੋਵੇ ਕਿਤੇ ਆਉਣ ਵਾਲੇ ਟਾਈਮ ਚ ਪੰਜਾਬ ਦੀਆਂ ਫਰਦਾਂ ਚੋਂ ਨਾਮ ਸਾਡਾ ਲੱਭੇ ਨਾ ਹੋਏ ਅੱਗੇ ਮਰਜ਼ੀ ਆ ਤੁਹਾਡੀ ਬਾਕੀ ਮਿੱਤਰੋ ਕੇ ਅੱਧੀ ਗਈ ਆ ਲੰਘ ਖੋਰੇ ਕਿੰਨੀ ਰਹਿ ਗਈ ਭੌਰ ਦੀ ਚੌਣ ਵਾਲਿਆਂ ਦਾ ਦਿਨ ਰਾਤ ਵਿਹੜੇ ਕੱਠ ਭਰਦਾ ਗਵਾਹੀ ਕੁੜੇ ਮਿੱਤਰਾਂ ਦੇ ਦੌਰ ਦੀ ਹੈ ਝੂਠ ਕਰਦਾ ਹਮੇਸ਼ਾ ਜ਼ਿਆਦਾ ਸ਼ੋਰ ਨਾ ਤੂੰ ਡੋਲ ਘੱਟ ਬੋਲ ਬੇਬੇ ਕਹਿੰਦੀ ਚੰਗੀ ਚੁੱਪ ਹੈ ਅੱਜ ਕੱਲ੍ਹ ਰਿਹਾ ਚੱਲ ਜੋ ਮੈਂ ਗਾਵਾਂ ਆਪ ਭਾਲਦੇ ਆ ਛਾਵਾਂ ਲੋਕੀ ਦੂਜਿਆਂ ਲਈ ਧੁੱਪ ਹੈ ਉਹ ਜਿਹੜਾ ਮਰਿਆ ਦੇ ਚੱਕ ਜਾਵੇ ਪਰਦੇ ਉਹ ਬਿਜ਼ਨਸਮੈਨ ਹੋਣਾ ਹੋਣਾ ਪਰ ਯਾਰ ਨੀ ਉਹ ਇੱਥੇ ਬੜੀ ਸੌਖੀ ਚੱਲਦੀ ਦੁਕਾਨ ਲੈਬ ਹੋ ਕੇ ਬਸ ਨੈੱਟ ਤੇ ਪਕਾਈ ਹੀ ਆ ਮਾਰਨੀ ਹੈ ਮੱਤ ਮਾਰ ਦਿੰਦਾ ਪੈਸਾ ਤੇ ਬੰਦਾ ਮਾਰ ਜਾਂਦੇ ਦੁੱਖ ਹਾਏ ਅੱਗੇ ਰੱਬ ਹੀ ਆ ਰੱਖਾ ਗੱਲ ਇੱਥੇ ਜਾਂਦੀ ਮੁੱਕ।